ਸੰਜੇ ਜਿਹੜਾ ਅੱਜ ਬੀਜੇਪੀ ਰੋਸ ਪ੍ਰਦਰਸ਼ਨ ਆ ਪੁਤਲਾ ਫੂਕਿਆ ਜਾ ਰਿਹਾ ਕਿਸ ਵਜ੍ਹਾ ਨੂੰ ਲੈ ਕੇ ਫੂਕਿਆ ਜਾ ਰਿਹਾ ਭਾਅ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਦਾ ਮੈਂ ਕਰਦਾ ਔਰ ਜੋ ਕਿ ਅੱਜ ਪੁਤਲਾ ਫੂਕਿਆ ਸਾਡੇ ਪੰਜਾਬ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਜੀ ਉਹਨਾਂ ਦਾ ਹੁਕਮ ਸੀ ਔਰ ਸਾਡੇ ਪੂਰੇ ਪੰਜਾਬ ਦੇ ਵਿੱਚ ਸਰਕਲ ਦੇ ਵਿੱਚ ਮੰਡਲਾਂ ਦੇ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਰਿਸ਼ੀ ਪਾਲ ਖਹਿਰਾ ਵੱਲੋਂ ਸਾਨੂੰ ਹੁਕਮ ਹੋਇਆ ਕਿ ਤੁਸੀਂ ਆਪਣੇ ਪੂਰੇ ਮੰਡਲਾਂ ਦੇ ਵਿੱਚ ਵੀ ਪੁਤਲੇ ਫੂਕਣੇ ਜੋ ਕਿ ਪੰਜਾਬ ਸਰਕਾਰ ਜਮ੍ਹਾਂ ਫੇਲ ਹੈ ਜੋ ਲੋਕਾਂ ਨਾਲ ਵਾਅਦੇ ਕੀਤੇ ਗਏ ਸੀ ਉਹ ਵੀ ਹਰ ਤਰ੍ਹਾਂ ਦੇ ਫੇਲ ਨੇ ਜੋ ਪਿੱਛੇ ਜੀ PCS ਜੋ ਛੁੱਟੀ 'ਤੇ ਚਲੇ ਗਏ ਨੇ ਉਹਨਾਂ ਕਰਕੇ ਜੋ ਜਨਤਾ ਆਮ ਜਨਤਾ ਦਫ਼ਤਰਾਂ ਦੇ ਵਿੱਚ ਧੱਕੇ ਖਾ ਰਹੀ ਹੈ ਆਮ ਲੋਕਾਂ ਦੇ ਕੰਮ ਨਹੀਂ ਹੋ ਰਹੇ ਇਸ ਕਰਕੇ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਜਿਹੜੇ ਅਫਸਰ ਉਹ ਸਾਰੇ ਲੈ ਜਾਣ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਉਹ ਪੂਰੇ ਕੀਤੇ ਜਾਣ ਲੋਕ ਅੱਜ ਦਫ਼ਤਰਾਂ ਦੇ ਵਿੱਚ ਧੱਕੇ ਖਾਂਦੇ ਫਿਰਦੇ ਨੇ ਕੀ ਨਾਮ ਹੈ ਜੀ ਸਤੀਸ਼ ਕੁਮਾਰ ਬੰਸਲ ਸਰ ਅੱਜ ਬੀਜੇਪੀ ਵੱਲੋਂ ਪੁਤਲਾ ਫੂਕਿਆ ਗਿਆ CM ਸਾਹਿਬ ਦਾ ਕੀ ਕਾਰਨ ਸੀ ਜਿਹੜਾ ਪੁਤਲਾ ਫੂਕਣ ਦੀ ਕੀ ਲੋੜ ਪਈ ਹੈ ਇਹ ਸਾਡੀ ਅੱਜ ਪੰਜਾਬ ਪੱਧਰ 'ਤੇ ਖਾਲਸੀ ਅਰਦੇਸ ਬਾਘਾ ਜੀ ਵੱਲੋਂ ਅਤੇ ਸਾਰੇ ਪੰਜਾਬ ਦੇ ਵਿੱਚ ਲੋਕ ਜਿਹੜੇ ਆ ਪਰੇਸ਼ਾਨ ਹੋ ਰਹੇ ਆ ਕਿਉਂਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਕੋਈ ਮੁਲਾਜ਼ਮ ਨਹੀਂ ਹੈਗਾ ਇਸ ਲਈ ਇਹ ਅਸੀਂ ਉੱਚ ਪੱਧਰ ਪੰਜਾਬ ਲੈਵਲ 'ਤੇ ਜਿਹੜੀ ਹੈ ਹਰ ਮੰਡਲ ਦੇ ਵਿੱਚ ਮਤਲਬ ਇਹ ਕਾਲ ਆਈ ਹੈ ਵੀ ਪੰਜਾਬ ਦੇ ਵਿੱਚ ਹਰ ਇੱਕ ਜਗ੍ਹਾ ਧਰਨਾ ਲਾਇਆ ਜਾਵੇ ਤਾਂ ਜੋ ਇਹ ਸੁੱਤੀ ਗੁੰਗੀ ਵਹਿਰੀ ਸਰਕਾਰ ਹੈ ਇਹਨੂੰ ਜਗਾਇਆ ਜਾ ਸਕੇ ਇਸ ਲਈ ਅਸੀਂ ਮਤਲਬ ਖਨੌਰੀ ਮੰਡੀ ਦੇ ਵਿੱਚ ਭਗਵੰਤ ਮਾਨ ਜੀਆਂ ਦਾ ਪੁਤਲਾ ਫੂਕ ਕੇ ਉਹਨਾਂ ਨੂੰ ਸੁਚੇਤ ਕਰਨਾ ਚਾਹੁੰਦੇ ਹਾਂ ਕਿ ਜੇ ਪਟਵਾਰੀ ਤਹਿਸੀਲਦਾਰ SDM ਸਾਹਿਬ ਜਿਹੜੇ ਛੁੱਟੀਆਂ 'ਤੇ ਗਏ IPS IAS ਅਫਸਰ ਇਹ ਵਾਪਸ ਆਉਣ ਅਤੇ ਮਤਲਬ ਕਿ ਲੋਕਾਂ ਦਾ ਜਿਹੜਾ ਕੰਮ ਹੈ ਹੋ ਸਕੇ ਲੋਕਾਂ ਨੂੰ ਕੋਈ ਖੱਜਲ ਖੁਆਰ ਨਾ ਹੋਣਾ ਪਵੇ ਇਸ ਲਈ ਅਸੀਂ ਪੰਜਾਬ ਸਰਕਾਰ ਵੱਲੋਂ ਤਾਂ ਡੇਲੀ ਇਸ਼ਤਿਹਾਰ ਲੱਗ ਰਹੇ ਨੇ ਵੀ ਸਾਡੇ ਕੰਮ ਬੋਲਦੇ ਨੇ ਅਸੀਂ ਕੀਤੇ ਵਾਅਦੇ ਪੂਰੇ ਕਰ ਰਹੇ ਹਾਂ ਕੰਮ ਤਾਂ ਆਪਾਂ ਨੂੰ ਪਤਾ ਹੀ ਹੈ ਜਿਹੜੇ ਬੋਲਦੇ ਜੀ ਲੋਕ ਤੰਗ ਨੇ ਪਰੇਸ਼ਾਨ ਨੇ ਅਫਸਰ ਆ ਨਹੀਂ ਰਹੇ ਕੰਮ ਲੋਕਾਂ ਦੇ ਹੋ ਨਹੀਂ ਰਹੇ ਮਤਲਬ ਸਿਸਟਮ ਸਾਰਾ ਜਿਹੜਾ ਗੜਬੜਾਇਆ ਹੋਇਆ ਇਹ ਤਾਂ ਸਾਰੇ ਲੋਕਾਂ ਦੇ ਸਾਹਮਣੇ ਚੱਲਣਾ ਲੋਕ ਦੱਸਦੇ ਆ ਲੋਕ ਖਿਲਾਫ਼ ਨੇ ਅੱਜ ਬੋਲਦੇ ਆ ਅੱਜ ਭਾਜਪਾ ਨੂੰ ਯਾਦ ਕਰਦੇ ਆ ਵੀ ਸਾਡਾ ਜਿਹੜਾ ਟਾਈਮ ਸੀ ਇਹ ਸਮਾਂ ਸੀ ਜਿਹੜਾ ਖੁੰਝ ਗਿਆ ਕਿ ਅਸੀਂ ਭਾਜਪਾ ਤੋਂ ਜਿਹੜੇ ਬੰਨ੍ਹੇ ਹੋਏ ਅੱਜ ਭਾਜਪਾ ਨਾਲ ਜੁੜਤੇ ਮਤਲਬ ਮੈਮ ਨੂੰ ਇਹਦੇ ਵਿੱਚ ਹੋਕੀ ਪਾਉਣ ਨੂੰ ਤਿਆਰ ਹੈ ਆਪਾਂ ਜਾਣਦੇ ਹਾਂ ਔਰ ਦੇਖ ਵੀ ਰਹੇ ਹਾਂ ਕਿ ਮਾਨ ਸਰਕਾਰ ਵੱਲੋਂ ਚਾਹੇ ਉਹ PCS ਅਫਿਸਰ IPS ਅਫਿਸਰ ਆਮ ਜਨਤਾ ਹੋਵੇ ਕਿਸੇ ਵੀ ਤਰ੍ਹਾਂ ਦਾ ਸਰਕਾਰ ਵੱਲੋਂ ਕੋਈ ਵੀ ਕੰਮ ਮਤਲਬ ਕਿ ਇੱਕ ਚੰਗੇ ਢੰਗ ਨਾਲ ਸੁਚੱਜੇ ਢੰਗ ਨਾਲ ਨਹੀਂ ਹੋ ਰਿਹਾ ਅੱਜ ਇਹ ਆਪਣੇ ਅਫਸਰਸਾਈ ਨੂੰ ਹੀ ਮੇਨਟੇਨ ਨਹੀਂ ਕਰ ਸਕਦੀ ਤਾਂ ਇਹ ਆਮ ਜਨਤਾ ਨੂੰ ਕਿਵੇਂ ਮੇਨਟੇਨ ਕਰੇਗੀ ਜੋ ਕੰਮ ਅਫਸਰਸਾਈ ਦੇ ਦੁਆਰਾ ਹੋਣਾ ਹੁੰਦਾ ਹੈ ਪੰਜਾਬ ਦੀ ਜਨਤਾ ਖੱਜਲ ਖੁਆਰ ਹੋ ਰਹੀ ਹੈ ਬੁਰਾ ਹਾਲ ਹੈ ਲਾਡਨ ਆਰਡਰ ਦਾ ਬੁਰਾ ਹਾਲ ਹੈ ਅਤੇ ਅਫਸਰਸਾਈ ਵੱਲੋਂ ਮਤਲਬ ਕਿ ਉਹ ਇੰਨੇ ਦੁਖੀ ਇਸ ਸਰਕਾਰ ਤੋਂ ਕਿ ਉਹ ਆਪਣੇ ਅਸਤੀਫੇ ਦੇ ਰਹੇ ਨੇ ਸਰਕਾਰ ਨੂੰ ਭਾਜਪਾ ਸਰ ਵੱਲੋਂ ਵਰਕਰਾਂ ਵੱਲੋਂ ਅਗਲੀਆਂ ਗਤੀਵਿਧੀਆਂ ਕੀ ਰਹਿਣਗੀਆਂ ਭਾਜਪਾ ਵੱਲੋਂ ਗਤੀਵਿਧੀਆਂ ਇਹ ਵੀ ਪਹਿਲੀ ਗੱਲ ਤਾਂ ਇਹ ਹੈ ਵੀ ਜਨਤਾ ਨੂੰ ਜਾਗਰੂਕ ਕਰਨਾ ਅਤੇ ਇਹਨਾਂ ਦੇ ਜਿਹੜੇ ਬੇਢੰਗੇ ਕੰਮ ਤੋਂ ਉਹਨਾਂ ਨੂੰ ਜਾਣੂ ਕਰਵਾਉਣਾ ਇਹਨਾਂ ਨੇ ਜੋ ਵਾਅਦੇ ਕੀਤੇ ਸੀ ਇਹਨਾਂ ਵਾਅਦਿਆਂ ਤੋਂ ਇਹ ਖਰੀ ਨਹੀਂ ਉਤਰੀ ਅਤੇ ਸਗੋਂ ਜਨਤਾ ਦਾ ਬੁਰਾ ਹਾਲ ਹੋਇਆ ਉਸ ਤੋਂ ਜਨਤਾ ਨੂੰ ਜਾਣੂ ਕਰਵਾਉਣਾ ਇਹ ਭਾਰਤੀ ਜਨਤਾ ਪਾਰਟੀ ਦਾ ਪਹਿਲੇ ਦੇ ਆਧਾਰ ਤੇ ਕੀ ਨਾਮ ਹੈ ਜੀ ਅਸ਼ੋਕ ਜ਼ਿਲ੍ਹਾ ਵਾਈਸ ਪ੍ਰਧਾਨ ਭਾਰਤੀ ਜਨਤਾ ਪਾਰਟੀ ਸੰਗਰੂਰ ਤੋਂ ਅੱਜ ਜਿਹੜੀ ਸਰਕਾਰ ਬਣਾਈ ਹੈ ਉਹ ਜਨਤਾ ਨੇ ਕਿਸ ਕੰਮ ਲਈ ਬਣਾਈ ਹੈ ਕਿ ਉਹ ਜਨਤਾ ਨੂੰ ਪਰੇਸ਼ਾਨ ਕਰਨ ਲਈ ਬਣਾਈ ਹੈ ਅੱਜ ਦੇ ਟਾਈਮ ਜੋ PCS IPS ਸਭ ਛੁੱਟੀ 'ਤੇ ਚਲੇ ਗਏ ਨੇ ਉਸ 'ਤੇ ਜਨਤਾ ਅੱਜ ਬਹੁਤ ਦੁਖੀ ਹੈ ਅਸੀਂ ਪੰਜਾਬ ਸਰਕਾਰ ਨੂੰ ਅਤੇ ਸਾਰੇ PCS ਅਫਸਰਾਂ ਨੂੰ ਸਾਡੇ ਵੱਲੋਂ ਸਾਡੀ ਭਾਰਤੀ ਜਨਤਾ ਪਾਰਟੀ ਵੱਲੋਂ ਬੇਨਤੀ ਕਰਦੇ ਹਾਂ ਕਿ ਉਹ ਆਪਣੇ ਆਪਣੇ ਡਿਊਟੀਆਂ 'ਤੇ ਦੁਬਾਰਾ ਮੁੜ ਤੋਂ ਆਉਣ ਤਾਂ ਜੋ ਆਮ ਜਨਤਾ ਦੀ ਪਰੇਸ਼ਾਨੀ ਦਾ ਮਸਲਾ ਹੱਲ ਹੋ ਸਕੇ ਉਹ ਜਨਤਾ ਅੱਜ ਬਹੁਤ ਪਰੇਸ਼ਾਨ ਹੈ ਤਾਂ ਸਾਰਿਆਂ ਨੂੰ ਅਸੀਂ PCS ਅਫਸਰ ਜੋ ਵੀ ਪੰਜਾਬ ਦੀ ਅਫਸਰ ਸਾਹੀ ਹੈ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਆ ਕੇ ਆਪਣੇ ਆਪਣੇ ਚਾਰਜ ਸੰਭਾਲਣ ਅਤੇ ਭਗਵੰਤ ਮਾਨ ਨੂੰ ਵੀ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਉਹ PCS ਅਫਸਰਾਂ ਦੀ ਗੱਲ ਨਾ ਸੁਣਨ ਅਗਰ ਉਹ ਗੱਲ ਸੁਣਦੇ ਨੇ ਤਾਂ ਉਹਨਾਂ ਦੀ ਬਹੁਤ ਵਧੀਆ ਗੱਲ ਹੈ PCS ਅਫਸਰ ਅੱਜ ਬਹੁਤ ਦੁਖੀ ਹੋ ਚੁੱਕਿਆ ਕਿਉਂਕਿ ਇੱਕ ਛੋਟਾ ਜਿਹਾ ਵਰਕਰ ਜਾ ਕੇ ਉਹਨਾਂ ਦਾ ਰੋਹ ਮਾਰਨ ਲੱਗ ਜਾਂਦਾ ਕੀ ਗੱਲ ਉਹ ਜੋ ਲਾਈਨ ਆਰਡਰ ਹੈ ਉਹਨੇ ਮੇਨਟੇਨ ਕਰਨ ਵਾਸਤੇ ਬੈਠੇ ਨੇ ਕਿ ਆਮ ਵਰਕਰਾਂ ਦੀ ਗੱਲ ਸੁਣਨ ਵਾਸਤੇ ਬੈਠੇ ਨੇ
असी दोबारा फिर बेनती करते हैं पी सी एस सारे अफसर कि आके अपना चार्ज संभालन जनता कम करना आके जनता बहुत बहुत धन्यवाद। की नाम है जी? मनोज कुमार, शहरी राज प्रधान बीजेपी मंडल कलोरी। अज जो बीजेपी वालों पुतला फूकया गया कि परपज में लेके फूकया गया? ये जो आई पी एस अफसर जो छुट्टी से गए ने वो बहुत ही दुखदायक घटना है। जो पंजाब के सारे दफ्तर बिच कोई बंदे जोड़े अपने लोकल परिवार के धक्के खा रहे हैं, बड़ी दुख की गल है। वो सारे जनता इन्नी दुखी हुई पी है कि हद तो ज़्यादा। इस परपज से सामने अज अश्विनी शर्मा जी प्रधान साढ़े बीजेपी के पंजाब के ऋषि पाल खहरा जी साढ़े जिला प्रधान जी के अनुशक्ति उन्होंने अगवाई में सामने ये पुतला फूकया।